ਉੱਠਣ ਕਰਕੇ, ਦਿਲ ਦੀ ਹਾਰਟ ਬੀਟ ਅਬਨੋਰਮਲ ਹੋਣ ਕਰਕੇ, ਕਲੋਟ ਉੱਠਣ ਕਰਕੇ ਮਿਰਗੀ ਦਾ ਦੌਰਾ ਪਿਆ, ਅਤੇ ਨਾਲੇ ਹੀ ਪੇਸ਼ੈਂਟ ਦਾ ਸਾਹ ਅਤੇ ਦਿਲ ਕੰਮ ਕਰਨਾ ਬੰਦ ਕਰ ਗਿਆ। ਅਜੇ ਕੁਮਾਰ ਤਾਲਪੁਰ ਦਾ ਰਹਿਣ ਵਾਲਾ ਸੀਗਾ ਅਤੇ ਰਾਤ ਉਹਦੀ ਹੋਸਪਿਟਲ ਅਰੋੜਾ ਹੋਸਪਿਟਲ ਵਿੱਚ ਡੈਥ ਹੋ ਗਈ ਆ, ਅਤੇ ਉਹਦੇ ਵਾਰਸਾਂ ਦਾ ਕਹਿਣਾ ਕਿ ਡਾਕਟਰ ਦੀ ਅਣਗਹਿਲੀ ਕਰਕੇ ਇਹ ਜੋ ਡੈਥ ਹੋਈ ਆ, ਪਰ ਅਸੀਂ ਬੋਰਡ ਬਣਾ ਕੇ ਪੋਸਟਮਾਰਟਮ ਕਰਾ ਰਹੇ ਹਾਂ ਅਤੇ ਜੋ ਵੀ ਉਹਦੇ ਵਿੱਚ ਆਊਗਾ ਅਤੇ ਉਹਦੇ ਮੁਤਾਬਕ ਕਾਰਵਾਈ ਹੋ ਜਾਊ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਵਿਨੋਦ ਸ਼ਰਮਾ ਦੇ ਵੱਲੋਂ ਅੰਬਾਲਾ ਸ਼ਹਿਰ ਤੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਨੇ। ਇਸ ਦੌਰਾਨ ਉਹਨਾਂ ਦੇ ਨਾਲ ਲੋਕਾਂ ਦਾ ਭਾਰੀ ਸਮਰਥਨ ਦੇਖਣ ਨੂੰ ਮਿਲਿਆ। ਜ਼ਿਕਰੇ ਖਾਸ ਹੈ ਕਿ ਵਿਨੋਦ ਸ਼ਰਮਾ ਪਹਿਲਾਂ ਕਾਂਗਰਸ ਪਾਰਟੀ ਤੋਂ ਚੋਣ ਲੜਦੇ ਸੀ, ਪਰ ਇਸ ਵਾਰ ਉਹਨਾਂ ਨੇ ਆਪਣੀ ਅਲੱਗ ਪਾਰਟੀ ਜਨ ਚੇਤਨਾ ਪਾਰਟੀ ਬਣਾਈ ਹੈ ਅਤੇ ਇਸ ਵਾਰ ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ 'ਚੋਂ ਆਪਣੀ ਇਸ ਪਾਰਟੀ ਵੱਲੋਂ ਹੀ ਲੜਨਗੇ। ਅਤੇ ਇਸ ਦੇ ਦੌਰਾਨ ਕਾਂਗਰਸ ਦੇ ਅੰਬਾਲਾ ਦੇ ਮੇਅਰ ਰਮੇਸ਼ ਮੱਲ ਵੀ ਹਜ਼ਾਰਾਂ ਦੀ ਗਿਣਤੀ 'ਚ ਸਮਰਥਕਾਂ ਨੂੰ ਲੈ ਕੇ ਵਿਨੋਦ ਸ਼ਰਮਾ ਦੀ ਪਾਰਟੀ 'ਚ ਪਹੁੰਚੇ। ਇਹ ਕਿਉਂ ਮੇਰੇ ਲਾਖੋਂ ਨੌਜਵਾਨ ਬੱਚੋਂ ਕੇ ਪੇਟ ਪਰ ਉਨ੍ਹੋਂਨੇ ਲਾਤ ਮਾਰੀ ਹੈ, ਕਿਉਂ ਯਹਾਂ ਪੇ ਆਈਐਮਡੀ ਨਹੀਂ ਲਗ ਰਹੀ ਥੀ, ਇਸਕਾ ਵਿਰੋਧ ਕਿਉਂ ਕੀ ਹੈ, ਇਸਕਾ ਜਵਾਬ ਦੇ ਪਹਿਲੇ। ਜੀ ਉਧਰ ਬੀਤੇ ਦਿਨੀ ਅਜਨਾਲਾ ਦੇ ਗੁਰਦੁਆਰਾ ਬਾਬਾ ਗਮਚੁੱਕ ਸਾਹਿਬ ਜੀ ਪਿੰਡ ਬੱਲੜਵਾਲ ਵਿਖੇ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦੇ ਜਨਰਲ ਮੈਨੇਜਰ ਪਰਮਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਤੇੜਾ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਾਡੇ ਗੁਰੂ ਘਰ ਦੇ ਸੇਵਕ ਸਰਦਾਰ ਪਰਮਜੀਤ ਸਿੰਘ ਐਮ ਡੀ ਟਾਈਮ ਟੀਵੀ ਚੜ੍ਹਦੀ ਕਲਾ ਤੋਂ ਗੁਰਦੁਆਰਾ ਸਾਹਿਬ ਹਾਜ਼ਰੀ ਭਰਨ ਆਏ, ਉਹਨਾਂ ਹਾਜ਼ਰੀ ਭਰ ਕੇ ਇਹਨਾਂ ਨੂੰ ਮੇਰੀ ਕਮੇਟੀ ਵੱਲੋਂ ਅਤੇ ਮੇਰੇ ਵੱਲੋਂ ਜੀ ਆਇਆਂ ਨੂੰ ਕਿਹਾ ਗਿਆ ਔਰ ਇਹਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਮਹਾਰਾਜ ਚੜ੍ਹਦੀ ਕਲਾ ਜੇ ਰੱਖੇ ਔਰ ਇਹ ਸਾਡਾ ਸਾਥ ਦੇਣ, ਅਸੀਂ ਇਹਨਾਂ ਸਾਥ ਦੇ ਰਹੀਏ। ਗੱਲ ਕਰਦੇ ਅਗਲੀ ਖਬਰ ਦੀ। ਬੀਤੇ ਦਿਨ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਐਸ ਪੀ ਸਿੰਘ ਓਬਰਾਏ ਪਟਿਆਲਾ ਵਿਖੇ ਐਲੀਮੈਂਟਰੀ ਸਕੂਲ ਬਲਾਕ 2 ਦੇ ਬੱਚਿਆਂ ਵੱਲੋਂ ਕੱਢੀ ਗਈ ਨਸ਼ਾ ਛਡਾਓ ਰੈਲੀ ਨੂੰ ਹਰੀ ਝੰਡੀ ਦਿੱਤੀ ਗਈ। ਇਹ ਨਸ਼ਾ ਛਡਾਓ ਰੈਲੀ ਕਿਲ੍ਹਾ ਮੁਬਾਰਕ ਤੋਂ ਚੱਲ ਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ 'ਚ ਹੁੰਦੀ ਹੋਈ ਸ਼ੇਰਾਂਵਾਲਾ ਗੇਟ ਵਿਖੇ ਸੰਪੰਨ ਹੋਈ। ਇਸ ਮੌਕੇ ਸਰਦਾਰ ਓਬਰਾਏ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਰੁਚੀ ਦਿਖਾਉਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਸਟ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਅਹੁਜਾ, ਡਾਕਟਰ ਮਦਨ ਲਾਲ ਹਸੀਜਾ ਅਤੇ ਹਰਵਿੰਦਰ ਸਿੰਘ ਕੁੱਕੂ ਤੋਂ ਇਲਾਵਾ ਸਮਾਜ ਸੇਵੀ ਡਾਕਟਰ ਨਰ ਬਹਾਦਰ ਵਰਮਾ ਵੀ ਮੌਜੂਦ ਸਨ। ਇੱਥੋਂ ਕਵਰ ਕਰਨਗੇ ਸਾਰੇ ਬੱਚੇ ਅੱਜ ਜਿਹੜਾ ਨਸ਼ੇ ਦੇ ਵਿਰੁੱਧ ਜਿਹੜੇ ਨਸ਼ੇ ਨੇ ਅੱਜ ਦੇਖੋ ਪੰਜਾਬ ਸਾਰਾ ਤੁਹਾਡਾ ਤਬਾਹ ਕੀਤਾ ਹੋਇਆ। ਸੋ ਸਾਨੂੰ ਇਹਨਾਂ ਬੱਚਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਹ ਜਿਹੜੇ ਬੱਚੇ ਨੇ ਜਿਹਨਾਂ ਨੇ ਵੱਡੇ ਹੋ ਕੇ ਦੇਸ਼ ਦਾ ਭਵਿੱਖ ਨੇ ਇਹ, ਤਾਂ ਸਾਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਨਸ਼ਿਆਂ ਨੂੰ ਅਸੀਂ ਨਸ਼ਿਆਂ ਦੇ ਵਿਰੁੱਧ ਅਸੀਂ ਵੀ ਸਟੈਪ ਉਠਾਈਏ ਔਰ ਨਸ਼ਿਆਂ ਨੂੰ ਤਿਆਗੀਏ। ਜਾਂ ਬੱਚੇ ਐਸਾ ਉਪਰਾਲਾ ਕਰਦੇ ਨੇ ਕੀ ਪ੍ਰਭਾਵ ਪੈਂਦਾ ਜੀ? ਬੜਾ ਅੱਛਾ ਪ੍ਰਭਾਵ ਪੈਂਦਾ। ਮੈਂ ਦੱਸ ਰਿਹਾ ਵੀ ਜੋ ਬੱਚੇ ਅੱਜ ਦੇਖਣ 'ਚ ਮਿਲ ਰਿਹਾ ਬੱਚਿਆਂ 'ਚ ਕਿੰਨਾ ਉਤਸ਼ਾਹ ਹੈ, ਉਸ ਅਗਰ ਇਹ ਆਵਾਜ਼ ਉਠਾ ਸਕਦੇ ਨੇ ਬੱਚਿਆਂ ਦੀ, ਉਹ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਹਨਾਂ ਦੇ ਇਹਨਾਂ ਨੂੰ ਦੇਖ ਕੇ ਕੁਝ ਸਮਝ। ਸੋ ਪੰਜਾਬੀ ਖਬਰਾਂ ਦਾ ਇਹ ਸਿਲਸਿਲਾ ਇੱਥੇ ਖਤਮ ਕਰਦੇ ਹਾਂ। ਕੁਝ ਹੋਰ ਖਬਰਾਂ ਲੈ ਕੇ ਮੈਂ ਸੁਖਵਿੰਦਰ ਸਿੰਘ ਜਲ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ।